ये लाहौर का वो भोला भाला नौजवान है जिसने रिक्शा खरीदा और उसे लेकर सीधा मोटरवे पर दौड़ाने लगा। इसे देखकर पुलिस की दौड़ें लग गईं। जब इसको पुलिस ने पकड़ा और जुर्माना किया तो ये परेशान हो गया। क्या वाकई मोटरवे पर रिक्शा चलाना ममनू है? जब मैं मोटरवे थले उतर रिक्शे ने मैंने जफी पा ली। कहंदा भाई जान बस आज तू मैं तेरा साथी मैंने ऐसे रोड दे चला। उर्दू पॉइंट की वीडियोस देखने के लिए हमारा चैनल सब्सक्राइब कीजिए और बेल के आइकन पर क्लिक कीजिए ताकि आप हमारी तमाम आने वाली वीडियो से बाखबर रह सकें। मोटरवे वाले आजो आजो गिने जाना। मोटरवे वाले भाईजान मोटरवे वाले। अस्सलामुअलैकुम नाज़रीन, मैं हूं आपका होस्ट काका रिपोर्टर और आप देख रहे हैं उर्दू पॉइंट। नाज़रीन, मैं आपकी मुलाकात आज ऐसे मस्त भोले बादशाह से करवाने जा रहा हूं जो कि रिक्शा लेके मोटरवे पे चढ़ गए। इनको बाद में पता चला कि ये मोटरवे है। मोटरवे पुलिस इनको देख के हरकत में आई और इनका चलान किया और इनको वापस भेजा। आइए इनसे बात करते हैं ये वाकया कैसे हुआ। आइए मेरे साथ। अस्सलामुअलैकुम। वालेकुम सलाम। बाहर आजो, कड़ा बारिश हो रही है। ਮੈਂ ਕਿਹਾ ਸ਼ਾਇਦ ਬਾਰਿਸ਼ ਹੋ ਰਹੀ ਹੈ। ਹਾਂਜੀ ਉਸਤਾਦ ਜੀ, ਤੁਸੀਂ ਕਿਹੜਾ ਕੰਮ ਫੜ ਲਿਆ? ਤੁਸੀਂ ਬਗੈਰ ਸੋਚੇ ਸਮਝੇ ਰਕਸ਼ਾ ਮੋਟਰਵੇ ਤੇ ਚੜਾਤਾ। ਭਾਈ ਜੀ, ਮੈਨੂੰ ਥੋੜ੍ਹੇ ਦਿਨ ਹੋਏ ਨੇ ਲੋਰ ਆਏ ਨੂੰ। ਅੱਛਾ। ਤੇ ਇੱਕ ਦੋ ਦਿਨ ਕੰਮ ਕੀਤਾ, ਵਾਪਡਾ ਟੋਣ 'ਚ ਮੈਨੂੰ ਰਾਈਟ ਆਈ। ਅੱਛਾ। ਤੇ ਰਾਈਟ ਵੀ ਸੀ ਜਿਹੜੀ, ਉਹ ਵੀ ਨਹੀਂ ਸੀ। ਉਹਨੇ ਮੈਨੂੰ ਕਿਹਾ ਭਾਈ ਜ਼ਰਾ ਛੇਤੀ ਜਾ, ਮੈਂ ਨਿਆਜ਼ੀ ਅੱਡੇ ਜਾਣਾ ਹੈ। ਅੱਛਾ। ਤੇ ਮੈਂ ਮੈਪ ਔਨ ਕੀਤਾ ਤੇ ਮੈਪ ਗਿਆ ਉੱਤੇ ਠੋਕਰ ਤੇ ਯੂਟਰਨ ਲੈਣ। ਸਿੱਧਾ ਮੈਪ ਨੇ ਦੱਸਿਆ ਮੋਟਰਵੇ ਦੇ। ਮੈਂ ਭਾਈ ਜੀ ਮੋਟਰ ਦੇ ਸ਼ੂਟਮ ਸ਼ੂਟ ਤਕਰੀਬਨ ਮੈਂ ਜਦੋਂ 5-7 ਕਿਲੋਮੀਟਰ ਸਫ਼ਰ ਤੈਅ ਕੀਤਾ ਨਾ, ਤੇ ਮੈਂ ਆਸੇ ਪਾਸੇ ਵੇਖਿਆ। ਮੈਂ ਕਿਹਾ ਯਾਰ ਨਾ ਕੋਈ ਇੱਧਰ ਕੋਈ ਰਕਸ਼ਾ, ਨਾ ਕੋਈ ਰਕਸ਼ੇ ਦੀ ਜ਼ਾਤ ਤੇ ਸਾਰੀ ਗੱਡੀਆਂ ਸਪੀਡੋ ਸਪੀਡ ਟਾਪੋ ਟਾਪ ਜਾ ਰਹੀਆਂ ਨੇ ਤੇ ਮੈਂ ਵੀ ਰਿਕਸ਼ਾ ਟਾਪੋ ਟਾਪ ਲੈ ਗਿਆ। ਯਾਰ ਰੋਡ ਹੋਣਾ ਚਾਹੀਦਾ ਹੈ ਜੀ, ਉਹ ਰੋਡ ਹੋਣਾ ਚਾਹੀਦਾ। ਮੈਂ ਕਿਹਾ ਲੈ ਜੀ ਲਾਹੌਰ ਇਸ ਤਰ੍ਹਾਂ ਦੇ ਰੋਡ ਨੇ ਤਾਂ ਫਿਰ ਠੀਕ ਹੈ। ਤਕਰੀਬਨ 15 ਕਿਲੋਮੀਟਰ ਸਫ਼ਰ ਤੈਅ ਕੀਤਾ ਤੇ ਉਸ ਤੋਂ ਬਾਅਦ ਮੈਂ ਵੇਖਿਆ ਜਗ੍ਹਾ 4-5 ਲੰਬੇ ਜਿਹੇ ਹੱਥ ਕਰ ਗਏ ਨਾ, ਪੁਲਿਸ ਵਾਲੇ ਆ ਗਏ, ਰੋਕਿਆ ਪੂਰੀ ਲਾਈਨ, ਗੱਡੀ ਰੋਕੀ, ਪੂਰਾ ਮੋਟਰਵੇ ਰੋਕਿਆ। ਮੈਂ ਵੇਖਿਆ, ਮੈਂ ਕਿਹਾ ਮੈਨੂੰ ਨਹੀਂ, ਮੈਂ ਹੋਲੇ ਖਿਸਕੀ ਜਾ ਰਿਹਾ। ਉਹ ਕਹਿੰਦਾ ਭਾਈ ਤੇਰੇ ਮਗਰ ਪੂਰੀ ਟ੍ਰੈਫਿਕ ਰੁਕਾਈ ਹੈ। ਮੈਂ ਅਜੇ ਸਾਈਡ ਦੇ ਰਿਕਸ਼ਾ ਲਾਇਆ, ਗਿਆ ਸਲਾਮ ਕੀਤਾ ਉਹਨਾਂ ਨੂੰ। ਉਹਨਾਂ ਕਿਹਾ ਹਾਂਜੀ। ਕਹਿੰਦਾ ਸਰਕਾਰ ਕਿੱਧਰ? ਮੈਂ ਕਿਹਾ ਸਰ ਇੱਧਰ। ਮੈਂ ਕਿਹਾ ਸਰ ਜੀ ਅਸੀਂ ਜਾ ਰਹੇ ਹਾਂ ਟਾਪੋ ਟਾਪ। ਕਹਿੰਦੇ ਬੜੇ ਝੋੜੇ ਹੋ ਕੇ ਜਾ ਰਹੇ ਹੋ, ਕਿੱਧਰ ਜਾ ਰਹੇ ਹੋ, ਕੀ ਹੈ? ਮੈਂ ਕਿਹਾ ਸਾਰੇ ਰੋਡ ਹੈ ਅਤੇ ਮਜ਼ਾ ਆ ਰਿਹਾ ਰੋਡ ਦਾ ਅਤੇ ਤੁਸੀਂ ਡਿਸਟਰਬ ਕਰਤਾ। ਕਹਿੰਦਾ ਭਾਈ ਅਸੀਂ ਤੁਹਾਨੂੰ ਕੀ ਡਿਸਟਰਬ ਕੀ, ਡਿਸਟਰਬ ਤੂੰ ਸਾਨੂੰ ਕਰਤੇ ਆਈ? ਇਹਦਾ ਸਾਡੀ ਨੌਕਰੀ ਚਲੀ ਜਾਣੀ, ਸਾਨੂੰ ਹੈਡਕੁਆਟਰੋਂ ਕਾਲ ਆਈ ਆ ਬਈ ਰਕਸ਼ਾ ਕੀ ਕਰ ਰਿਹਾ ਮੋਟਰ। ਕੈਮਰੇ 'ਚ ਵੇਖ ਲਿਆ ਉਹਨਾਂ ਨੇ? 'ਚ ਵੇਖ ਲਿਆ। ਹਾਂਜੀ, ਕੀ ਨਾਂ ਹੈ ਤੇਰਾ? ਮੈਂ ਨਾਂ ਦੱਸਿਆ। ਮੈਂ ਕਿਹਾ ਜੀ ਆਮਿਰ ਸੁਹੇਲ ਨਾਂ ਹੈ। ਕਿੱਥੋਂ ਆਇਆ? ਮੈਂ ਕਿਹਾ ਜੀ ਪਿੰਡੋਂ ਆਇਆ, ਨਵਾਂ ਨਵਾਂ ਆਇਆ, ਹਜੇ ਮੈਨੂੰ ਨਹੀਂ ਪਤਾ ਕੀ ਸੂਰਤ ਹਾਲ ਹੈ, ਕੀ ਪ੍ਰੋਗਰਾਮ ਹੈ, ਕੀ ਹੈ। ਅਤੇ ਉਸ ਤੋਂ ਬਾਅਦ ਕਹਿਣ ਲੱਗੇ ਬਾਈ ਜਾਨ ਇਹ ਮੋਟਰਵੇ ਹੈ, ਇੱਥੇ ਅਲਾਓ ਨਹੀਂ ਹੈ। ਮੈਂ ਕਿਹਾ ਠੀਕ ਹੈ ਸਰ, ਮਿਹਰਬਾਨੀ ਤੁਸੀਂ ਦੱਸ ਦਿਆ, ਤੁਸੀਂ ਮੈਨੂੰ ਗਾਈਡ ਕਰਤਾ। ਮੈਂ ਫਿਰ ਚੱਲ, ਉਹਨੇ ਫਿਰ ਬੁਲਾਇਆ ਦਾ ਰਾਹ, ਤੈਨੂੰ ਫਾਈਨ ਲੱਗੇਗਾ। ਮੈਂ ਕਿਹਾ ਸਰ ਮਿਹਰਬਾਨੀ ਕਰੋ, ਹਜੇ ਮੈਂ ਨਵਾਂ ਨਵਾਂ ਆਇਆ। ਚਲੋ ਜੀ, ਕਹਿੰਦਾ ਜੀ ਫਾਈਨ ਤਾਂ ਤੈਨੂੰ ਹੋਣਾ ਆਇਆ ਲਾਇਸੈਂਸ। ਮੈਂ ਕਿਹਾ ਸਰ ਨਹੀਂ ਹੈ ਆਈਡੀ ਕਾਰਡ। ਮੈਂ ਕਿਹਾ ਸਰ ਨਹੀਂ, ਗੱਡੀ ਦੇ ਕਾਗਜ਼ ਨਹੀਂ ਹੈ। ਕਹਿੰਦਾ ਤੇਰੇ ਕੋਲ ਹੈ ਕੀ? ਮੈਂ ਕਿਹਾ ਸਿਰਫ ਮੇਰੇ ਕੋਲ ਰਕਸ਼ਾ ਵਾ ਤੇ ਇਹ ਮੋਟਰਵੇ ਆ, ਪਿੱਛੋਂ ਪਰਾਂ ਹੋ ਜਾ ਓਏ। ਤੇ ਉਸ ਤੋਂ ਬਾਅਦ ਕਹਿੰਦਾ ਭਾਈ ਕੁਝ ਤਾਂ ਕੁਝ ਕਰਨਾ ਪਏਗਾ। ਮੈਂ ਕਿਹਾ ਯਾਰ ਕੀ ਕਰੋਗੇ? ਕਹਿੰਦੇ ਇੱਕ ਤਾਂ ਤੂੰ ਮੋਟਰਸਾਈਕਲ ਨਹੀਂ ਲਿਆ ਜਿਹੜੇ ਸਾਨੂੰ ਵੈਨ ਚੁੱਕ ਕੇ ਥੱਲੇ ਸੁੱਟ ਦੇਈਏ, ਇਹ ਰਿਕਸ਼ਾ ਹੁਣ ਇਸ ਤਰ੍ਹਾਂ ਕਰ ਤੈਨੂੰ ਫਾਈਨ ਲੱਗੂਗਾ। ਮੈਂ ਕਿਹਾ ਸਰ ਚਲੋ ਕੋਈ ਨਹੀਂ, 50 ਦਾ ਕਰ ਲਿਓ, ਕੋਈ ਗੱਲ ਨਹੀਂ। ਕਹਿੰਦਾ ਜੀ ਕਮ ਅਜ਼ ਕਮ 1000 ਰੁਪਏ ਦਾ। ਮੈਂ ਕਿਹਾ ਯਾਰ ਤੇਰੀ ਜਿਸ ਤਰ੍ਹਾਂ ਬੋਲੀ ਹੈ ਨਾ, ਇਹ ਸਾਡੀ ਪਿੰਡੋਂ ਲੱਗਦੀ ਹੈ, ਤੂੰ ਕਿੱਥੋਂ ਦਾ? ਉਹਨੇ ਕਿਹਾ ਜੀ ਮੈਂ ਬਾਵਲਪੁਰ ਦਾ। ਮੈਂ ਕਿਹਾ ਹੱਥ ਸੁੱਟ? ਉਹਨੇ ਹੱਥ ਸੁੱਟਾ। ਮੈਂ ਕਿਹਾ ਮੈਂ ਕਰੋੜ ਪੱਕੇ ਦਾ ਵਾਂ, ਤਾਂ ਮੇਰੇ ਐਵੇਂ ਸੁੱਟਦਾ ਹੀ। ਤੇ ਭਾਈ ਜੀ ਉਹਨਾਂ ਨੇ ਗੱਪਸ਼ਪ ਹੋਈ, ਕੋਈ ਇਲਾਕੇ ਤੋਂ ਨਿਕਲ ਆਏ? ਹਾਂ ਜੀ, ਕੋਈ ਇਲਾਕੇ ਤੋਂ ਨਿਕਲ ਆਏ। ਜਦੋਂ ਮੋਟਰਵੇ ਤੇ ਚੜ੍ਹੇ, ਸਵਾਰੀ ਨੇ ਕੁਛ ਨਹੀਂ ਕਿਹਾ? ਸਵਾਰੀ ਨੇ ਕੀ ਕਹਿਣਾ ਸੀ, ਪਤਾ ਨਹੀਂ ਉਹਨੂੰ ਪਤਾ ਸੀ ਜਾਂ ਨਹੀਂ। ਬਹੁਤ ਹੀ ਜਲਦੀ ਸੀ, ਬਹੁਤ ਹੀ ਜਲਦੀ ਸੀ। ਉਹ ਕਿਹਾ ਚੱਲ ਠੀਕ ਹੈ ਜਾਣ ਦਿਓ। ਉਹਨੇ ਪੁਲਿਸ ਵਾਲੇ ਤੁਹਾਨੂੰ ਨਾ ਰੋਕਦੇ ਤੇ ਫਿਰ ਕੀ ਕਰਨਾ ਸੀ? ਫਿਰ ਜੋ ਹੋ ਜਾਣਾ ਸੀ, ਜਿਹੜਾ ਰੱਬ ਨੂੰ ਮਨਜ਼ੂਰ ਸੀ, ਜੇ ਇਸਲਾਮਾਬਾਦ ਜਾਂ ਫਿਰ ਨਿਆਜ਼ੀ ਅੱਡੇ। ਫਿਰ ਅਸੀਂ ਭਾਈ ਜੀ ਚਲੇ ਗਏ। ਫਿਰ ਪੁਲਿਸ ਵਾਲਿਆਂ ਨੇ ਕਿੰਨੇ ਦਾ ਚਲਾਨ ਕੀਤਾ ਤੁਹਾਡਾ? 500 ਰੁਪਏ ਦਾ। 500 ਦਾ ਉਹਨੇ ਫਾਈਨ ਕੀਤਾ, ਉਹਨੇ ਆਈਡੀ ਕਾਰਡ ਨੰਬਰ ਲਿਆ। ਮੈਂ ਕਿਹਾ ਲਓ ਜੀ ਆਈਡੀ ਕਾਰਡ ਨੰਬਰ ਤਾਂ ਹੈ ਨਹੀਂ, ਇਹਨੇ ਕੀ ਚਲਾਨ ਕਰਨਾ? ਬਾਅਦ ਜਦੋਂ ਦੇਣਗੇ ਤਾਂ ਮੈਂ ਲੈਂਦਾ ਫਿਰਾਂਗਾ। ਉਹ ਪਤਾ ਲੱਗਾ ਪਿੱਛੇ ਗੱਡੀ 'ਚ ਇੱਕ ਪਈ ਸੀ ਮਸ਼ੀਨ, ਉਹ ਤਾਂ ਪਰਚੀ ਨਿਕਲ ਕੇ ਆ ਗਈ। ਜਾ ਕੇ ਪਰਚੀ ਲੈ ਕੇ ਮੇਰੇ ਹੱਥ ਫੜਾਤੀ। ਮੈਂ ਕਿਹਾ ਠੀਕ ਹੈ ਸਰ ਮਿਹਰਬਾਨੀ। ਕਹਿੰਦਾ ਜੀ 500 ਫਾਈਨ ਹੈ, ਇਹ ਤੁਸੀਂ ਦੇ ਕੇ ਜਾਣਾ। ਉਹ ਮੈਂ ਕਿਹਾ ਸਰ 300 ਦੀ ਸਵਾਰੀ ਹੈ, 500 ਰੁਪਏ ਮਿਹਰਬਾਨੀ ਹੋਣੀ ਜੀ, ਹੁਣ ਇਹ ਹੈਡਕੁਆਟਰ ਚਲੇ ਗਿਆ। ਉਹ ਤਾਂ 500 ਰੁਪਏ ਦਿੱਤਾ। ਕਹਿੰਦਾ ਜੀ ਵਾਪਸ ਜਾ, ਤੈਨੂੰ ਇਹ ਸਜ਼ਾ ਹੈ। ਮੈਂ ਕਿਹਾ ਯਾਰ 500 ਦਾ 1000 ਲੈ ਲਓ, ਪਰ ਵਾਪਸ ਨਾ ਜਾਣ ਦਿਓ, ਹੁਣ ਉੱਤਰ ਲੰਦੋ ਕਿਸੇ ਪਾਸੇ ਲੈਣ ਦਿਓ। ਉਹਨੇ ਕਿਹਾ ਠੀਕ ਹੈ ਜੀ, ਬੜੀ ਮੁਸ਼ਕਿਲ ਨਾਲ ਮਿਹਨਤ ਤਰਲੇ ਕੀਤੇ, ਚਲੇ ਗਏ। ਤਕਰੀਬਨ ਅੰਡ ਜਿਹੜਾ ਟੂਲ ਪਲਾਜ਼ਾ ਹੈ,
ਉੱਥੇ ਗਿਆ, ਉੱਥੇ ਫਿਰ ਸਾਈਡ ਦਿਲਵਾ ਦਿਆ ਸਾਨੂੰ। ਜਦੋਂ ਟੂਲ ਪਲਾਜ਼ੇ ਤੇ ਗਏ ਉਹ ਬੰਦੇ ਨੇ ਪਹਿਲੀ ਵਾਰੀ ਟੂਲ ਪਲਾਜ਼ਾ ਦੇਖਿਆ ਜਿਹੜੇ ਉੱਥੇ ਬੈਠੇ ਹੁੰਦੇ ਆ, ਉਹਨਾਂ ਨੇ ਇਹ ਨਹੀਂ ਕਿਹਾ ਸਾਡੇ ਟੂਲ ਪਲਾਜ਼ੇ ਤੇ ਕਾਲਾ ਇਲਮ ਕਰ ਗਿਆ ਕੋਈ। ਕਾਲਾ ਇਲਮ ਛੋੜ, ਉਹਨਾਂ ਨੇ ਸਾਰੇ ਬਾਹਰ ਆ ਗਏ, ਉਹਨਾਂ ਨੇ ਸਾਰੇ ਮੈਨੂੰ ਸਾਈਡ ਦਿਲਾ ਦੇ ਕਿੱਥੋਂ ਆਇਆ। ਮੈਂ ਕਿਹਾ ਜੀ ਮੈਂ ਵਾਬਡਾ ਟੋਨ 'ਚੋਂ ਆਇਆ। ਅੱਛਾ। ਤੇ ਕਹਿੰਦੇ ਨੇ ਤੈਨੂੰ ਪਤਾ ਨਹੀਂ ਹੈ ਮੋਟਰ ਵੇ ਸਾਈਡ ਦਿਲਾ ਜੁਰਮਾਨਾ ਹੋਏਗਾ। ਉਸ ਟਾਈਮ ਸਵਾਰੀ ਜਿਹੜੀ ਬੈਠੀ ਸੀ ਉਹ ਬਾਹਰ ਆਈ, ਉਹ ਕਹਿੰਦੀ ਕਿਸ ਚੀਜ਼ ਕਾ ਹੈ ਮੁਝੇ ਬਤਾਏ, ਕਿਸ ਸੇ ਬਾਤ ਮੇਰੀ ਬਾਤ ਕਰ ਰਹਾ ਹੈ। ਦੇਰ 'ਚ ਬਾਅਦ ਹਰਕਤ 'ਚ ਆਇਆ ਵੀ ਉਹਦੀ ਗੈਰਤ ਬੜੀ ਦੇਰ ਬਾਅਦ ਜਾਗੀ, ਜੇਬ ਜਾਗੀ। ਤੇ ਉਹ ਕਹਿੰਦੀ ਹੈ ਜੀ ਰਾਈਡ ਨੇ ਕਿਹਾ ਜੀ ਮੁਝੇ ਸੇ ਬਾਤ ਵਾ ਕੌਣ ਹੈ ਵੋ, ਕੌਣ ਫਾਈਨ ਲੈਣਾ ਚਾਹਤਾ ਮੈਂ ਦੇਤੀ ਹੂੰ। ਇੱਕ ਗਲਤੀ ਹੋ ਗਈ, ਮਿਸਟੇਕ ਹੋ ਜਾ। ਫੀਮੇਲ ਸੀ? ਹਾਂ ਫੀਮੇਲ ਸੀ। ਮਿਸਟੇਕ ਕੀ ਪਤਾ ਸਿੱਧਾ ਬਸ ਇਸਲਾਮਾਬਾਦ ਹੀ ਲੈ ਜਾਂਦੇ, ਜਾਵੇ ਕਲਰ ਘਰ ਚਲੀਏ। ਉਹਨੂੰ ਜ਼ਿਆਦਾ ਬਹੁਤ ਹੀ ਜਲਦੀ ਸੀ, ਉੱਥੇ ਗਿਆ ਜਦੋਂ ਤੂੰ ਮੈਮ ਹੋਈ ਵਾਵਾ ਸਾਰੀ। ਫਿਰ ਅਸੀਂ ਜਦੋਂ ਲੈ ਕੇ ਆਏ ਨਾ ਨਿਆਜ਼ੀ ਅੱਡੇ ਵੱਲ, ਉਹ ਤਾਂ ਸਾਰੇ ਰਿਕਸ਼ੇ ਵਾਲੇ ਗੱਡੀਆਂ ਵਾਲੇ ਸਾਰੇ ਗੱਡੀਆਂ ਰੋਕ ਕੇ ਮੈਨੂੰ ਵੇਖਣ ਲੱਗ ਗਿਆ ਬਈ ਇਹ ਜਹਾਜ਼ ਕਿੱਧਰੋਂ ਆ ਰਿਹਾ। ਜਦੋਂ ਤੁਸੀਂ ਮੋਟਰਵੇ ਤੋਂ ਉਤਰੇ ਹੋ ਤੇ ਰਿਕਸ਼ੇ ਨੇ ਤੁਹਾਨੂੰ ਕੀ ਕਿਹਾ? ਜਦੋਂ ਮੈਂ ਮੋਟਰਵੇ ਥੱਲੇ ਉਤਰ, ਰਿਕਸ਼ੇ ਨੇ ਮੈਨੂੰ ਜੱਫੀ ਪਾ ਲਈ, ਕਹਿੰਦਾ ਬਾਈ ਜਾਨ ਬਸ ਅੱਜ ਤੂੰ ਮੈਂ ਤੇਰਾ ਸਾਥੀ, ਮੈਨੂੰ ਇਸੇ ਰੋਡ ਤੇ ਚਲਾ ਤੇ ਮੈਂ ਤੇਰਾ ਸਾਥ ਦਿਆਂਗਾ। ਜਦੋਂ ਗੱਚਿਆ ਰਿਕਸ਼ਾ ਬੰਦ ਹੋ ਗਿਆ, ਰੋਣ ਲੱਗ ਗਿਆ, ਕਹਿੰਦਾ ਯਾਰ ਇੱਕ ਵਾਰੀ ਮੈਨੂੰ ਹੋਰ ਇਸ ਰੋਡ ਤੇ ਚੜਾ ਦੇ ਤੇ ਮੈਂ ਇੱਥੇ ਬੱਜੂਗਾ। ਉਸ ਦਿਨ ਤੂੰ ਲੈ ਕੇ ਅੱਜ ਤੱਕ ਰਿਕਸ਼ਾ ਮੇਰਾ ਸਾਥ ਦਿੱਤਾ ਮੈਨੂੰ ਹਰ। ਜਦੋਂ ਟੋਇਆਂ ਠਿੱਬਿਆਂ 'ਚ ਮਾਰਦੇ ਰਿਕਸ਼ਾ ਕੀ ਕਹਿੰਦਾ ਫਿਰ? ਰਿਕਸ਼ਾ ਕਹਿੰਦਾ ਪੁੱਤਰ ਮੈਂ ਤੇ ਪੇਟ ਦਰਦ ਤੇਰੇ ਨਾ ਕਰਾਵਾਂ ਤੇ ਮੈਨੂੰ ਵੀ ਰਿਕਸ਼ਾ ਰਾਂਗਾ ਜੀ। ਜਦੋਂ ਰਿਕਸ਼ਾ ਤੁਹਾਡਾ ਗਰਮ ਹੋ ਜਾਂਦਾ ਫਿਰ ਕੀ ਕਰਦੇ ਹੋ? ਮੈਂ ਜੀ ਸੁਬਾਹ 8 ਵਜੇ ਰਿਕਸ਼ਾ ਲਈ ਛਿੱਕੀਦਾ ਤੇ ਰਾਤ ਨੂੰ 10-11 ਵੱਜ ਜਾਂਦੇ ਨੇ, ਜਿਹਦੇ 'ਚ 3-4 ਵਾਰੀ ਤਾਂ ਪਹਿਲੇ ਰਿਕਸ਼ਾ ਕੀ ਗਰਮ ਹੋਣਾ ਮੈਂ ਆਪ ਗਰਮ ਹੋ ਜਾਂਦਾ ਤੇ ਉਸ ਤੋਂ ਬਾਅਦ 3-4 ਵਾਰੀ ਮੈਂ ਚਾਹ ਪੀਂਦਾ ਵਾਂ। ਜਦੋਂ ਮੈਂ ਵੇਖਦਾ ਰਿਕਸ਼ਾ ਗਰਮ ਹੋ ਗਿਆ, ਇਹਨੂੰ 2-3 ਬੋਤਲਾਂ ਦੁੱਧ ਸੋਡੇ ਦੀ ਪਿਲਾ ਦੇਣਾ, ਫਿਰ ਠੰਡਾ ਹੋ ਜਾਂਦਾ, ਠੰਡਾ ਹੋ ਜਾਂਦਾ। ਫਿਰ 3-4 ਘੰਟੇ ਲਾ ਕੇ ਚੱਲਦਾ ਫੁੱਲ ਸਟੈਟ। ਜਦੋਂ ਵੇਖਦਾ ਵੀ ਮੈਂ ਗਰਮ ਹੋ ਗਿਆ ਫਿਰ ਮੈਂ ਚਾਹ ਪੀ ਲੈਣਾ ਤੇ ਜਦੋਂ ਇਹ ਗਰਮ ਹੋ ਜਾਂਦਾ ਦੁੱਧ ਸੋਡਾ ਪਿਲਾ ਦੇਣਾ। ਇਹ ਸਿਲਸਿਲਾ ਚੱਲ ਰਿਹਾ। ਕਿਹੜਾ ਦਿਨ ਸੀਗਾ ਜਦੋਂ ਰਿਕਸ਼ਾ ਲੈ ਲਿਆ ਤੇ ਕਾਰਨਾਮਾ ਪਾਤਾ? ਇਹ ਤਕਰੀਬਨ ਜਦੋਂ ਰਿਕਸ਼ਾ ਲਿਆ ਸੀ ਉਸ ਤੋਂ ਦੂਜੇ ਦਿਨ ਹੀ ਕਾਰਨਾਮਾ ਪਾ ਤਿਆ ਸੀ। ਹਾਂਜੀ, ਰਿਕਸ਼ਾ ਤੁਹਾਡੇ ਵਾਸਤੇ ਲੱਕੀ ਆ, ਰਿਕਸ਼ਾ ਲੱਕੀ ਆ, ਬਹੁਤ ਲੱਕੀ ਆ ਮੇਰੇ ਵਾਸਤੇ। ਤੁਹਾਨੂੰ ਜੇਲ੍ਹ ਕਰਾ ਦੇਣੀ ਸੀ 20-30 ਕਿਲੋਮੀਟਰ ਹੋਰ ਕਰ ਲੈਂਦੇ ਜੀ। ਨਹੀਂ ਇਹ ਤਾਂ ਮੈਂ ਨਹੀਂ ਕਹਿੰਦਾ, ਜੇ ਤੁਹਾਡਾ ਰਿਕਸ਼ਾ ਪੱਕਾ ਬੰਦ ਕਰ ਦਿੰਦੇ ਤੇ ਤੁਸੀਂ ਫਿਰ ਕੀ ਇਹਤਜਾਜ ਕਰਨਾ ਸੀ? ਮੈਂ ਰਿਕਸ਼ਾ ਆਪਣਾ ਸਾਈਡ ਤੇ ਲਾ ਕੇ ਮੋਟਰਵੇ ਤੇ ਮੇਨ ਰੋਡ ਤੇ ਆ ਕੇ ਨਾ ਸੈਂਟਰ 'ਚ ਆ ਕੇ ਆਪਣੇ ਆਪ ਨੂੰ ਅੱਗ ਲਾ ਦੇਣੀ ਸੀ ਤੇ ਖਤਮ ਕਰ ਦੇਣਾ ਸੀ। ਤੁਹਾਨੂੰ ਡਰ ਨਹੀਂ ਲੱਗਾ ਜਦੋਂ ਮੋਟਰਵੇ ਤੇ ਤੁਸੀਂ ਚੜ ਗਏ? ਇੱਕ ਮਿੰਟ, ਸਵਾਰੀ ਆ ਗਈ ਹੈ ਜੀ ਭਾਈ ਜਾਨ। ਅਸਲਾਮ ਜੀ ਭਾਈ, ਰਿਕਸ਼ਾ ਖਾਲੀ ਹੈ ਜੀ? ਜੀ ਬਿਲਕੁਲ, ਆਮਦਲ ਖਾਲੀ ਹੈ ਜੀ, ਨਜ਼ਰ ਹੈ ਤਾਂ ਵੇਖ ਲਓ। ਅੱਛਾ ਠੀਕ ਹੈ ਜੀ, ਨਿਆਜ਼ੀ ਅੱਡੇ ਜਾਣਾ ਭਾਈ? ਨਿਆਜ਼ੀ ਅੱਡੇ ਜਾਣਾ, ਪੱਕੀ ਗੱਲ ਹੈ? ਕਿੰਨਾ ਕਿਰਾਇਆ? ਕਿਦੋਂ ਘਰ ਰੋਸ ਰੁਸ ਤਾਂ ਨਹੀਂ ਆਇਆ? ਨਹੀਂ ਨਹੀਂ ਭਾਈ, ਮੈਂ ਤਾਂ ਕਿਸੇ ਵੇਖੋ ਬੋਟੀ ਬੁਟੀ ਨੂੰ ਬਚਾਤੇ ਹੋਵੇ? ਨਹੀਂ ਕੁਛ ਵੀ ਨਹੀਂ ਹੋਇਆ, ਮੇਰਾ ਮਸਲਾ ਨਹੀਂ ਹੈ ਤੇ ਮੈਂ ਘਰ ਜੋੜਦਾ ਵੀ ਹਾਂ ਭਾਈ। ਤੂੰ ਆਪਣਾ ਜੋੜ, ਘਰ ਸਾਡਾ ਨਾ ਜੋੜ। ਅੱਛਾ, ਨਿਆਜ਼ੀ ਅੱਡੇ ਜਾਣਾ ਭਾਈ? ਨਿਆਜ਼ੀ ਅੱਡੇ ਜਾਣਾ ਜੀ ਭਾਈ ਜਾਨ। ਅਗਰ ਤੁਸੀਂ ਜਾਓਗੇ ਜੀ ਟੀ ਰੋਡ ਤੋਂ ਫਿਰ ਭਾਈ ਤੁਹਾਨੂੰ ਲੱਗੇਗਾ 100 ਰੁਪਇਆ। ਅੱਛਾ, ਤੇ ਜੇ ਤੁਸੀਂ ਜਾਓਗੇ ਮੋਟਰਵੇ ਤੇ ਭਾਈ 500 ਰੁਪਇਆ ਚਲਾਉਣ ਦਾ ਅਲੱਦਾ ਤੇ 200 ਰੁਪਇਆ ਜਿਹੜਾ ਹੈ ਉਹ ਕਿਰਾਇਆ ਲੱਗੇਗਾ। ਜੀ ਨਾਜ਼ੀ, ਨਡਰ ਬਹਾਦਰ ਬੱਚਾ ਜਿਸਨੇ ਮੋਟਰਵੇ ਪੇ ਰਿਕਸ਼ਾ ਚੜ੍ਹਾ ਦਿਆ। ਅਗਰ ਆਪ ਵੀ ਰਿਕਸ਼ੇ ਵਾਲੇ ਹੈ, ਆਪ ਮੋਟਰਵੇ ਪੇ ਰਿਕਸ਼ਾ ਚਲਾਉਣਾ ਚਾਹਤੇ ਹੈ ਤੋ ਹੌਸਲਾ ਔਰ ਹਿੰਮਤ ਇਸੇ ਆ ਕੇ ਲੈ ਸਕਤੇ ਹੈ, ਭਾਈ ਮੌਜੂਦ ਹੈ। ਇਸ ਨਾਲ ਹੀ ਸਾਨੂੰ ਇਜਾਜ਼ਤ ਦਿਓ ਤੇ ਹਕੂਮਤ ਨੂੰ ਅਪੀਲ ਹੈ ਤੁਹਾਡੇ ਵਾਸਤੇ ਲਹਿਦਾ ਮੋਟਰਵੇ ਬਣਾ ਦੇਵੇ ਜੀ। ਬਿਲਕੁਲ, ਸਾਡੀ ਅਪੀਲ ਹੈ ਕਿ ਹਕੂਮਤ ਨੂੰ ਵੀ ਉਹ ਸਾਡੇ ਵਾਸਤੇ ਲਹਿਦਾ ਰੋਡ ਬਣਾਉਣ ਤੇ ਸਾਨੂੰ ਕੋਈ ਡਿਸਟਰਬ ਨਾ ਕਰੇ। ਨਾਲ ਡਿਸਟਰਬ ਨਾ ਕਰੇ, ਮਰੇ ਸੌਂ ਕੇ ਜਾਣਾ ਤੂੰ।